ਜੇ ਸੁਪੋਜ਼ ਕਰੋ ਕਿਸੇ ਦਾ ਇਲਾਜ ਹੋਇਆ ਕੋਈ 25 30 40000 50000 ਦਾ ਹੋਇਆ ਤਾਂ ਉਹਦੇ ਜਿਹੜੇ ਬਿਲ ਰੇਜ਼ ਹੋ ਰਹੇ ਲੱਖਾਂ ਚ ਹੋ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਐਫਆਈਆ ਹੋਰ ਦਰਜ ਹੋਈ ਜਿਹੜਾ ਕਿ ਤਕਰੀਬਨ ਆਪਣਾ 8 ਹਸਪਤਲ ਉਹਦੇ ਚ ਇਨਵੋਲ ਹੋਇਆ 15 ਡਾਕਟਰ ਇਨਵੋਲ ਹੋਏ ਜਿਹੜੇ ਚ ਇਹਨਾਂ ਨੇ ਇਲੈਕਸ਼ਨਾਂ ਦੇ ਵਿੱਚ ਅਨਾਉਂਸ ਕੀਤਾ ਕਿ ਭਈ ਮੈਂ ਇੱਕ ਇਨੋਸੈਂਟ ਆ ਤੇ ਮੇਰਾ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਪਰਾ ਨਾਮ ਕੱਢਿਆ ਗਿਆ ਤੇ ਪਲੱਸ ਸਭ ਤੋਂ ਵੱਡੀ ਗੱਲ ਜਿਹੜੀ ਹੈ 184 ਨੰਬਰ ਐਫਆਈਆ ਜਿ ਮੇਰਾ ਨਾਮ ਵੀ ਹੈਗਾ ਜੀ ਸੁਪਰੀਮੋ ਸਾਹਿਬ ਨੂੰ ਦੱਸਿਆ ਕਿ ਬਈ ਇਹ ਕੰਮ ਗਲਤ ਹੋ ਰਿਹਾ ਹੈ ਜਿਹਨਾਂ ਨੂੰ ਤੁਸੀਂ ਟਿਕਟ ਦਿੱਤੀ ਹੈ ਕੰਮ ਬੰਦੇ ਸਹੀ ਨਹੀਂ ਗੀ ਇਹਨਾਂ ਦਾ ਫਲਾਨੀ ਐਫਆਈਆ ਜਿਹਨਾਂ ਨੇ ਦੇਸ਼ ਦੇ ਨਾਲ ਧੋਖਾ ਕੀਤਾ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਐਮਐਲਏ ਟਿਕਟ ਦਿੱਤੀ ਜੋ ਆਜ ਦੀ ਤਰੀਕ ਵਿੱਚ ਕਾਰਗੁਜ਼ਾਰੀ ਹੋ ਰਹੀ ਹੈ 92 ਐਮਐਲਏ ਦੀ ਜਾਂ ਆਮ ਆਦਮੀ ਸਰਕਾਰ ਦੀ ਪੰਜਾਬ ਨੂੰ ਤੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਨੌਜਵਾਨ ਮੁੰਡੇ ਮਾਰੇ ਜਾਇ ਰਹੇ ਨੇ ਨਸ਼ਾ ਵੱਤ ਵੱਤ ਵੀ ਕਰਿਆ ਜਦੋਂ ਕਿ ਪਹਿਲਾਂ ਅਸੀਂ ਸੋਚਦੇ ਨਹੀਂ ਸੀਗੇ ਔਰ ਹਰ ਚੀਜ਼ ਜਿਹੜੀ ਆ ਉਹ ਟਰਾਂਸਪੇਰੈਂਟ ਹੋ ਗਈ ਹੈ ਅੱਜ ਦੇ ਤਰੀਕੇ ਦੇ ਵਿੱਚ ਸੋਸ਼ਲ ਐਲੀਮੈਂਟਸ ਦੇ ਵਿੱਚ ਇੱਕ ਆਮ ਜਨਤਾ ਦੇ ਵਿੱਚ ਇੱਕ ਆਮ ਨਾਗਰਿਕ ਸੇਫ ਹੀ ਨਹੀਂਗਾ ਕਦੀ ਕਹਿੰਦੇ ਜੀ ਪੰਜਾਬੀ ਬੇਫਕੂਫ ਨੇ ਠੀਕ ਹੈ ਜੀ ਫਿਰ ਸ਼ਾਮ ਨੂੰ ਮਾਫੀ ਮੰਗ ਲੈਂਦੇ ਕਦੀ ਕਿਸਾਨਾਂ ਬਾਰੇ ਬੋਲ ਦਿੰਦੇ ਨੇ ਜੀ ਤੁਸੀਂ ਦੱਸੋਗੇ ਵੀ ਇਹ ਕਿਸਾਨਾਂ ਦਾ ਪਕੰਡ ਫੜਿਆ ਇਹਨਾਂ ਨੇ ਕਿ ਵੀ ਇਹ ਰੋਜ਼ ਆ ਕੇ ਬਹਿ ਜਾਂਦੇ ਧਰਨੇ ਦੇ ਜਾਂਦੇ ਨੇ ਸੁਹੀਦਾ ਸੋ ਮੈਨੂੰ ਇਹ ਗੱਲ ਦਾ ਜਵਾਬ ਦਿਓ ਇਹ ਸੱਤਾਂ ਮਹੀਨਿਆਂ ਦੇ ਵਿੱਚ ਸਵਾਏ ਟੈਰਰ ਦੇ ਪੰਜਾਬ ਦੇ ਵਿੱਚ ਜਾਦੀ ਸਰਕਾਰ ਆਈ ਹੈ ਸਾਨੂੰ ਇਹ ਹੋਰ ਵੇਖਿਆ ਕੀ ਹੈ ਪੰਜਾਬ ਦੇ ਅੰਦਰ ਸੱਤਾ ਪਰਵਰਤਨ ਦਾ ਤਾਂ ਹੋਇਆ ਹੈ ਪਰ ਪਹਿਲੇ ਲੀਡਰਾਂ ਦੇ ਵਾਂਗ ਅੱਜ ਵੀ ਆਮ ਆਰਮੀ ਪਾਰਟੀ ਦੇ ਕੁਝ ਕੈਬਨਟ ਮੰਤਰੀਆਂ ਨੂੰ ਲੈ ਕੇ ਜਾਂ ਕੁਝ ਨਮਾਇੰਦਿਆਂ ਨੂੰ ਲੈ ਕੇ ਅਜੇ ਵੀ ਵਿਵਾਦ ਪਕਿਆ ਹੋਇਆ ਕਿ ਉਹਨਾਂ ਦੇ ਉੱਪਰ ਕਰਪਟ ਹੋਣ ਦੇ ਵੱਡੇ ਦੋਸ਼ ਲੱਗਦੇ ਨੇ ਉਹਨਾਂ ਦੋਸ਼ਾਂ ਨੂੰ ਲੈ ਕੇ ਮੀਡੀਆ ਦੇ ਵਿੱਚ ਮੁਖਾਤਬ ਹੋਏ ਨੇ ਗੁਰਮੀਤ ਸਿੰਘ ਬਬਲੂ ਇਨਾਂ ਦੇ ਇਲਜ਼ਾਮ ਨੇ ਕੈਬਨਟ ਮੰਤਰੀ ਇੰਦਰਬੀਰ ਸਿੰਘ ਨੇਜਰ ਦੇ ਉੱਪਰ ਕੇ ਉਹ ਦੋਸ਼ਾਂ ਦੇ ਵਿੱਚ ਨੇ ਔਰ ਚੋਣਾਂ ਵੇਲੇ ਵੀ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਦੇ ਖਿਲਾਫ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕੁਝ ਸ਼ਿਕਾਇਤਾਂ ਵੀ ਭੇਜੀਆਂ ਗਈਆਂ ਸੀ ਪਰ ਉਹਨਾਂ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤਾਂ ਪਿਛਲੇ ਸਮੇਂ ਦੇ ਦਰਮਿਆਨ ਕੁਝ ਵਿਵਾਦ ਰ ਬਿਆਨਾਂ ਨੂੰ ਲੈ ਕੇ ਲੈ ਕੇ ਵੀ ਨੇਜਰ ਸਾਹਿਬ ਕਹਿ ਸਕਦੇ ਨੇ ਕਿ ਅਜੇ ਵੀ ਲੋਕਾਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਵਿਵਾਦਾਂ ਦੇ ਵਿੱਚ ਪੱਕੇ ਹੋਏ ਨੇ ਤਾਂ ਸਾਡੇ ਨਾਲ ਬੱਬਲੂ ਨੇ ਸਮਾਜ ਸੇਵੀ ਨੇ ਔਰ ਲਗਾਤਾਰ ਲੋਕਾਂ ਦੇ ਵਿੱਚ ਵਿਚਰਦੇ ਨੇ ਗੱਲਬਾਤ ਕਰ ਲੈਣੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬੜੀ ਖੁਸ਼ੀ ਹੋਈ ਕਿ ਤੁਸੀਂ ਤੁਹਾਡੇ ਚੈਨਲ 'ਰਾਈ ਸਾਡੀ ਬਾਤ ਜਨਤਕ ਹੋਵੇ ਆਵਾਜ਼ ਤੱਕ ਪਹੁੰਚੇ ਅੱਜ ਚੰਡੀਗੜ੍ਹ ਆਉਣ ਦਾ ਮਕਸਦ ਇਹੋ ਸੀਗਾ ਕਿ ਜਿਹੜੀ ਮੈਸੇਜ ਹੈਗਾ ਉਹ ਛੇਤੀ ਇੰਪੈਕਟ ਕਰੇਗਾ ਕਈ ਵਾਰੀ ਹੁੰਦਾ ਕਿ ਅੰਮ੍ਰਿਤਸਰ ਤੱਕ ਮੈਸੇਜ ਨਹੀਂ ਪਹੁੰਚਦਾ ਛੇਤੀ ਤੇ ਹੁਣ ਹੈਗਾ ਕਿ ਬਈ ਤੁਹਾਡੇ ਚੈਨਲ 'ਰਾਈ ਮੈਂ ਚਾਹੁੰਦਾ ਕਿ ਬਈ ਸੱਚ ਨੂੰ ਸਾਹਮਣੇ ਲੱਗੇ ਆਵਾ ਜਨਤਕ ਕਰਾਂ ਜੀ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਨੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਸਰਕਾਰ ਨੇ ਉਹਨਾਂ ਨੂੰ ਕੈਬਨਟ ਮੰਤਰੀ ਦਾ ਅਹੁਦਾ ਦਿੱਤਾ ਹੈ ਤਾਂ ਤੁਹਾਡੇ ਵੱਲੋਂ ਦੋਸ਼ ਬੜੇ ਗਹਿਰੇ ਲਾਏ ਜਾ ਰਹੇ ਨੇ ਅਸਲ ਦੇ ਵਿੱਚ ਉਹ ਜਿਹੜੇ ਦੋਸ਼ ਅਸੀਂ ਚਾਹੁੰਨੇ ਕਿ ਸਰੋਤਿਆਂ ਦੇ ਸਾਹਮਣੇ ਰੱਖੇ ਜਾਣੇ ਚਾਹੀਦੇ ਕਿ ਦੋਸ਼ ਹੈ ਕੀ ਨੇ ਸਰ ਬਿਲਕੁਲ ਮੈਂ ਤਾਂ ਚਾਹਨਾ ਜਨਤਕ ਹੋਣਾ ਚਾਹੀਦੇ ਕਿਉਂਕਿ ਆਮ ਆਦਮੀ ਪਾਰਟੀ ਦੀ ਇਮੇਜ ਇੱਕ ਇਹੋ ਜਿਹੀ ਬਣੀ ਹੈ ਮੈਂ ਨਹੀਂ ਕਹਿੰਦਾ ਕਿ ਸਾਰੇ ਐਮਐਲਏ ਲੇਕਿਨ ਗੱਲ ਅਫਸੋਸ ਵਾਲੀ ਗੱਲ ਹੈ ਕਿ ਭਈ ਇਹ ਪੜਾ ਲਿਖਿਆ ਇੱਕ ਐਮਐਲਏ ਜਿਹੜਾ ਕਿ ਆਪਣੇ ਆਪ ਨੂੰ ਕਹ ਡਾਕਟਰ ਆ ਪੇਸ਼ੇ ਤੋਂ ਡਾਕਟਰ ਨੂੰ ਤੇ ਲੋਕੀ ਰੱਬ ਸਮਝਦੇ ਨੇ ਠੀਕ ਹੈ ਨਾ ਜੀ ਉਹਨਾਂ ਦੇ ਵਿੱਚ ਵੇਖਿਆ ਜਾਵੇ ਤੇ ਇੱਕ ਈਸੀਐਚਐਸ ਕੋਟਾਲਾ ਜਿਹੜਾ ਕਿ ਸੈਂਟਰ ਗਵਰਨਮੈਂਟ ਨਾਲ ਰਿਲੇਟਡ ਆ ਆਰਮੀ ਨਾਲ ਰਿਲੇਟਡ ਆ ਜਿਹੜਾ ਕਿ ਆਰਮੀ ਪਰਿਵਾਰਾਂ ਦੀ ਮੈਡੀਕਲ ਸੁਰੱਖਿਆ ਜਿਹੜੀ ਆ ਉਹ ਆਫਟਰ ਰਿਟਾਇਰਮੈਂਟ ਜਿਹੜੇ ਲੈਂਦੇ ਨੇ ਉਹ ਅਜ ਕੀ ਸੀਗਾ ਕਿ ਵੀ ਈਸੀਐਚ ਕੋਟ ਹੋਇਆ ਸੀ ਸਰ ਇਹ ਤਕਰੀਬਨ ਇੱਕ ਬਰਗੇਡੀਅਰ ਸਾਹਿਬ ਨੇ ਅੱਜ ਤੋਂ ਢਾਈ ਕੁ ਸਾਲ ਪਹਿਲਾਂ ਮਤਲਬ ਕੋਵਿਡ ਤੋਂ ਪਹਿਲਾਂ ਇੱਕ ਕੰਪਲੇਂਟ ਦਿੱਤੀ ਸੀ ਉਹਨਾਂ ਨੇ ਕਿਹਾ ਕਿ ਮਿਸ ਮੈਨੇਜਮੈਂਟ ਆਫ ਫੰਡਸ ਹੋ ਰਹੀ ਸਾਡੇ ਮੈਂ ਜੇ ਸੁਪੋਜ਼ ਕਰੋ ਕਿਸੇ ਦਾ ਇਲਾਜ ਹੋਇਆ ਕੋਈ 25 30 40 ਹਜ਼ਾਰ 50 ਹਜ਼ਾਰ ਦਾ ਹੋਇਆ ਤੇ ਉਹਦੇ ਜਿਹੜੇ ਬਿਲ ਰੇਜ਼ ਹੋ ਰਹੇ ਲੱਖਾਂ ਚ ਹੋ ਰਹੇ ਨੇ ਜੀ ਤੇ ਉਹਨਾਂ ਨੂੰ ਪਤਾ ਲੱਗਾ ਚਲੋ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਉਹਨਾਂ ਨੇ ਵੇਖਿਆ ਕਿ ਵੀ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਅੰਮ੍ਰਿਤਸਰ ਤੋਂ ਹਸਪਤਾਲ ਸੀਗਾ ਜੀ ਅਮਨਦੀਪ ਹਸਪੀਟਲਸ ਉਹਦੇ ਵਿੱਚ ਡਾਕਟਰ ਫਤਾ ਡਾਕਟਰ ਅਮਨਦੀਪ ਕੋਰ ਤੇ ਉਹਨਾਂ ਦਾ ਬੇਟਾ ਡਾਕਟਰ ਸ਼ਬਾਜ਼ ਦੇ ਵਾਸ ਆਲ 3 ਗਿਲਟੀ ਉਹ ਗਿਲਟੀ ਪਾਏ ਗਏ ਜਿਹਦੇ ਚ ਕੀ ਉਹਨਾਂ ਦੀ ਅਰੈਸਟ ਪਈ ਉਹਨਾਂ ਦੇ ਐਫਆਈਆਰ ਦਰਜ ਹੋਈ ਠੀਕ ਹੈ ਜੀ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਇੱਕ ਐਫਆਈਆਰ ਹੋਰ ਦਰਜ ਹੋਈ ਜਿਹੜਾ ਕੀ ਤਕਰੀਬਨ ਆਪਣਾ 8 ਹਸਪਤਾਲ ਉਹਦੇ ਚ ਇਨਵੋਲ ਹੋਇਆ 15 ਡਾਕਟਰ ਇਨਵੋਲ ਹੋਏ ਜੀ ਉਹਦੇ ਚ ਜਦੋਂ 15 ਡਾਕਟਰ ਇਨਵੋਲ ਹੋਏ ਉਹਨੇ ਜੋ ਅਫਸੋਸ ਵਾਲੀ ਗੱਲ ਆ ਸੀਗੀ ਕਿ ਭਈ ਇਹਦੇ ਵਿੱਚ ਡਾਕਟਰ ਸਾਹਿਬ ਦਾ ਵੀ ਨਾਮ ਸੀਗਾ ਡਾਕਟਰ ਇੰਦਰਪ੍ਰੀਤ ਨੇਤਰ ਦਾ ਵੀ ਠੀਕ ਹੈ ਜੀ ਜਿਨ੍ਹਾਂ ਨੂੰ ਕੀ ਆਪਣੀ ਤਾਕਤ ਦਾ ਜਾਂ ਜਿਸ ਤਰ੍ਹਾਂ ਵੀ ਸਮਝੋਗੀ ਇਹਨਾਂ ਨੇ ਆਪਣੇ ਆਪ ਨੂੰ ਬਾਰ ਕਢਾਇਆ ਠੀਕ ਹੈ ਜੀ ਇਹਨਾਂ ਨੇ ਇਲੈਕਸ਼ਨਾਂ ਦੇ ਵਿੱਚ ਅਨਾਉਂਸ ਕੀਤਾ ਕਿ ਭਈ ਮੈਂ ਇੱਕ ਇਨੋਸੈਂਟ ਆ ਤੇ ਮੇਰਾ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਮੇਰਾ ਨਾਮ ਕੱਢਿਆ ਗਿਆ ਤੇ ਪਲੱਸ ਸਭ ਤੋਂ ਵੱਡੀ ਗੱਲ ਜਿਹੜੀ ਹੈ 184 ਨੰਬਰ ਐਫਆਈਆ ਵਿੱਚ ਮੇਰਾ ਨਾਮ ਵੀ ਹੈਗਾ ਜੀ ਉਹਨਾਂ ਨੇ ਸਾਬਿਤ ਵੀ ਕੀਤਾ ਦੱਸਿਆ ਵੀ ਲੇਕਿਨ ਗੱਲ ਇਹੀ ਹੈ ਕਿ ਜੇ ਇਹ ਇਨਵੈਸਟੀਗੇਸ਼ਨ ਦੇ ਵਿੱਚ ਕਿੱਥੇ ਕਮੀ ਰਹਿ ਗਈ ਕਿ ਭਈ ਇਹਨਾਂ ਨੂੰ ਇਲੈਕਸ਼ਨ ਵੀ ਲੜਨੇ ਪਏ ਸਭ ਕੁਝ ਹੋਇਆ ਤੇ ਇਹਨਾਂ ਨੂੰ ਬਾਇਸ ਜਿਹੜਾ ਜਿਹੜੀ ਇਨਵੈਸਟੀਗੇਸ਼ਨ ਸੀ ਉਹ ਗਲਤ ਹੋਇਆ ਕੰਮ ਸਾਰਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਅਸੀਂ ਕੱਟੜ ਇਮਾਨਦਾਰ ਹਾਂ ਤੇ ਫਿਰ ਤੁਸੀਂ ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਭੇਜੀ ਸਰ ਮੈਂ ਇਸ ਕੱਟੜ ਇਮਾਨਦਾਰ ਬੰਦੇ ਵਾਸਤੇ ਉਹਨਾਂ ਨੂੰ ਸ਼ਿਕਾਇਤ ਭੇਜੀ ਮੈਂ ਲਿਖਤੀ ਚ ਰੂਪ ਚ ਭੇਜਿਆ ਆਪ ਜੀ ਨੂੰ ਮੈਂ ਪ੍ਰੈਸ ਨੋਟ ਚ ਵੀ ਦਿੱਤਾ ਲੇਕਿਨ ਗੱਲ ਲੱਗਿਆ ਕਿ ਉੱਥੇ ਜਾ ਕੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਸੀ ਜਨਤਕ ਕਰਨਾ ਚਾਹੁੰਦਾ ਸੀ ਸੁਪਰੀਮੋ ਸਾਹਿਬ ਨੂੰ ਦੱਸਿਆ ਕਿ ਭਈ ਇਹ ਕੰਮ ਗਲਤ ਹੋ ਰਿਹਾ ਹੈ ਜਿਹਨਾਂ ਨੂੰ ਤੁਸੀਂ ਟਿਕਟ ਦਿੱਤੀ ਹੈ ਫਲਾਨੀ ਐਫਆਈਏ ਜਿਹਨਾਂ ਨੇ ਦੇਸ਼ ਦੇ ਨਾਲ ਧੋਖਾ ਕੀਤਾ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਐਮਐਲਏ ਟਿਕਟ ਦਿੱਤੀ ਤੇ ਜਦੋਂ ਉਹਨਾਂ ਨੇ ਨਹੀਂ ਸੁਣੀ ਮੇਰੀ ਉਸ ਤੋਂ ਬਾਅਦ ਉਹਨਾਂ ਨੇ ਇਲੈਕਸ਼ਨ ਵੀ ਲੜੇ ਚਲੋ ਜਿੱਤੇ ਵੀ ਕਿਸ ਤਰ੍ਹਾਂ ਵੀ ਹੈ ਹੁਣ ਆਈ ਡੋਨਟ ਨੋ ਉਸ ਵੇਲੇ ਮੈਂ ਸਮਝਦਾ ਕਿ ਜਨਤਾ ਦਾ ਗੁੱਸਾ ਸੀਗਾ ਕਿ ਉਸ ਵੇਲੇ ਹੋਰ ਪਾਰਟੀਆਂ ਨੂੰ ਛੱਡ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ 92 ਐਮਐਲਏ ਨੂੰ ਚੁਣਿਆ ਠੀਕ ਹੈ ਜੀ ਪਤਾ ਨਹੀਂ ਗੁੱਸਾ ਸੀਗਾ ਲੇਕਿਨ ਜੋ ਅੱਜ ਦੀ ਤਰੀਕੇ ਨਾਲ ਕਾਰਗੁਜ਼ਾਰੀ ਹੋ ਰਹੀ ਹੈ 92 ਐਮਐਲਏ ਦੀ ਜਾਂ ਆਮ ਆਦਮੀ ਦੀ ਸਰਕਾਰ ਦੀ ਪੰਜਾਬ ਨੂੰ ਤੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਨੌਜਵਾਨ ਮੁੰਡੇ ਮਾਰੇ ਜਾਇਆ ਰਹੇ ਨੇ ਨਸ਼ਾ ਵੱਧ-ਵੱਧ ਵਿਕ ਰਿਹਾ ਜਦੋਂ ਕਿ ਪਹਿਲਾਂ ਹੀ ਸੋਚਦੇ ਨਹੀਂ ਸੀਗੇ ਔਰ ਹਰ ਚੀਜ਼ ਜਿਹੜੀ ਹੈ ਉਹ ਟਰਾਂਸਪੇਰੈਂਟ ਹੋ ਗਈ ਹੈ ਨਸ਼ਾ ਸਭ ਤੋਂ ਹੋ ਰਹਾ ਤੇ ਪੰਜਾਬ ਦੇ ਵਿੱਚ ਨੌਜਵਾਨ ਮਾਰੀ ਜਾਂਦੇ ਹਥਿਆਰ ਬਾਹਰੋਂ ਆਂਦੇ ਨੇ ਤੁਸੀਂ ਇਹ ਵੇਖੋਗੇ ਨਜਾਇਜ਼ ਹਥਿਆਰਾਂ ਦੀ ਵਰਤੋਂ ਨਹੀਂ ਹੋ ਰਹੀ ਕਿ ਅੱਜ ਦੇ ਤਰੀਕੇ ਦੇ ਵਿੱਚ ਸੋਸ਼ਲ ਐਲੀਮੈਂਟਸ ਦੇ ਵਿੱਚ ਇੱਕ ਆਮ ਜਨਤਾ ਦੇ ਵਿੱਚ ਇੱਕ ਆਮ ਨਾਗਰਿਕ ਸੇਫ ਹੀ ਨਹੀਂਗਾ ਉਹਨੀ ਸਤਤਰੀ ਸਰਕਾਰ ਦੀ ਪਾਲਿਸੀ ਨੂੰ ਲੈ ਕੇ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਕਾਨੂੰਨੀ ਵਿਵਸਥਾ ਖਰਾਬ ਹੋਣ ਦਾ ਦਾਵਾ ਕੀਤਾ ਜਾਂਦਾ ਹੈ ਸੰਭਾਲ ਨਹੀਂ ਪਾ ਰਹੀ ਜਾਂ ਫਿਰ ਨੀਤੀ ਹੈ ਕੋਈ ਵੀ ਇਸ ਤਰੀਕੇ ਦੇ ਨਾਲ ਪੰਜਾਬ ਦੀ ਗਲਤ ਪੇਸ਼ਕਾਰੀ ਕਰਨਾ ਸਰ ਬਿਲਕੁਲ ਜੀ ਡੇ ਫਸਟ ਉਹਨਾਂ ਦੀ ਨੀਤੀਆਂ ਗਲ ਸੀਗੀਆਂ ਕਿਉਂਕਿ ਉਹਨਾਂ ਦੀ ਪਾਲਿਸੀ ਅੱਜ ਸਵੇਰੇ ਬਿਆਨ ਕੁਝ ਹੋਰਾਂ ਦਾ ਸ਼ਾਮੀ ਮਾਫੀ ਮੰਗ ਲੈਂਦੇ ਨੇ ਕਦੀ ਕਹਿੰਦੇ ਜੀ ਪੰਜਾਬੀ ਬੇਫਕੂਫ ਨੇ ਠੀਕ ਹੈ ਜੀ ਫਿਰ ਸ਼ਾਮ ਨੂੰ ਮਾਫੀ ਮੰਗ ਲੈਂਦੇ ਕਦੀ ਕਿਸਾਨਾਂ ਬਾਰੇ ਬੋਲ ਦਿੰਦੇ ਨੇ ਜੀ ਤੁਸੀਂ ਦੱਸੋਗੇ ਵੀ ਇਹ ਕਿਸਾਨਾਂ ਦਾ ਪਖੰਡ ਫੜਿਆ ਇਹਨਾਂ ਨੇ ਕਿ ਵੀ ਇਹ ਰੋਜ਼ ਆ ਕੇ ਬਹਿ ਜਾਂਦੇ ਧਰਨੇ ਦੇ ਜਾਂਦੇ ਨੇ ਹਾਂ ਜੀ ਇਹ ਕੋਈ ਤਰੀਕਾ ਥੋੜੀ ਨਾ ਤੁਸੀਂ ਦੱਸੋ ਮੈਨੂੰ ਇਹ ਗੱਲ ਦਾ ਜਵਾਬ ਦਿਓ ਇਹ 7 ਮਹੀਨਿਆਂ ਦੇ ਵਿੱਚ ਸਵਾਏ ਟੈਰਰ ਦੇ ਪੰਜਾਬ ਦੇ ਵਿੱਚ ਜਾਦੀ ਸਰਕਾਰ ਆਈ ਹੈ ਸਾਨੂੰ ਇਹ ਹੋਰ ਵੇਖਿਆ ਕੀ ਹੈ ਫਰੰਟ ਪੇਸੇ ਦੇ ਉੱਤੇ ਹਰ ਇੱਕ ਫਾਰ ਦੇ ਵਿੱਚ ਲਿਖਿਆ ਹੁੰਦਾ ਜੀ ਇਨਵੈਸਟ ਇਨ ਪੰਜਾਬ ਇਨਵੈਸਟ ਇਨ ਪੰਜਾਬ ਤੁਸੀਂ ਮੈਨੂੰ ਦੱਸੋ ਕੌਣ ਇਨਵੈਸਟ ਕਰੂਗਾ ਪੰਜਾਬ ਦੇ ਵਿੱਚ ਆ ਕੇ ਕੜਾ ਹੀ ਐਨਆਰ ਆ ਇਨਵੈਸਟ ਕਰੂਗਾ ਮੈਨੂੰ ਨਹੀਂ ਪਤਾ ਕਿ ਮਾਨ ਸਾਹਿਬ ਨੇ ਕੜੇ ਲੋੜ ਦੇ ਵਿੱਚ ਕਹਿਤਾ ਹੀਗਾ ਕਿ ਜੀ ਸਾਡੇ ਬੱਚੇ ਜਿਹੜੇ ਬਾਹਰ ਜਾਂਦੇ ਨੇ ਉਹ ਬਾਹਰ ਨਹੀਂ ਜਾਣਗੇ ਹੁਣ ਹੁਣ ਅੰਗਰੇਜ਼ ਇੱਥੇ ਆ ਕੇ ਕੰਮ ਕਰਨਗੇ ਸੀਐਮ ਭਗਵੰਤ ਮਾਨ ਸਾਹਿਬ ਦਾਵਾ ਕਰਦੇ ਨੇ ਕਿ 275 ਦੇ ਕਰੀਬ ਜਿਹੜੇ ਵਿਰੋਧੀ ਧਿਰਾਂ ਦੇ ਜਿਨ੍ਹਾਂ ਨੇ ਘੁਟਾਲੇ ਕੀਤੇ ਵੱਡੇ ਵੱਡੇ ਉਹਨਾਂ ਦੇ ਉੱਪਰ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਦੇ ਖਿਲਾਫ ਤੁਸੀਂ ਬਾਅਦ ਚੁੱਕੀ ਹੈ ਸਰਕਾਰ ਦੇ ਕੈਬਨਟ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਮੁੱਖ ਨੁਮਾਇੰਦੇ ਨੇ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਕਦੋਂ ਹੋਏਗਾ ਸਰ ਮੈਂ ਤਾਂ ਉਮੀਦ ਕਰਦਾ ਕਿ ਸਾਹਿਬ ਮਾਨ ਸਾਹਿਬ ਛੇਤੀ ਕਰਣ ਉਹ ਮਾਨ ਸਾਹਿਬ ਗੁਜਰਾਤ ਗਏ ਨੇ ਇਲੈਕਸ਼ਨਾਂ ਤੋਂ ਬਾਅਦ ਫ੍ਰੀ ਹੋ ਕੇ ਆਣਗੇ ਤੇ ਸਾਡੀ ਬਾਤ ਜਨਤਕ ਹੋਏਗੀ ਰਿਪਰੈਜ਼ੈਂਟੇਸ਼ਨ ਵੀ ਦਿੱਤੀ ਹੈ ਮੈਂ ਉਹਨਾਂ ਨੂੰ ਉਹ ਦੇਖਦੇ ਨੇ ਕੀ ਕਰ ਕਿ ਚਲੋ ਸਾਨੂੰ ਵੀ ਮੌਕਾ ਦਿੱਤਾ ਜਾਵੇ ਸਾਡੀ ਵੀ ਆਵਾਜ਼ ਤੱਕ ਆ ਜਾਵੇ ਮਾਨ ਸਾਹਿਬ ਸਾਡੀ ਵੀ ਆਵਾਜ਼ ਸੁਣ ਜਿਸ ਹਰ ਬੰਦਾ ਦੁਖੀ ਹੈ ਪੰਜਾਬ ਦੇ ਵਿੱਚ ਹਰ ਬੰਦਾ ਦੁਖੀ ਹੈ ਤੁਸੀਂ ਵੇਖੋ ਕੋਈ ਬੰਦਾ ਖੁਸ਼ ਨਹੀਂਗਾ ਲੇਕਿਨ ਗੱਲ ਇਹ ਜਿਹੜੀ ਸਚਾਈ ਹੈ ਇਹ ਤੇ ਸਾਹਮਣੇ ਲੱਗਿਆ ਆ ਰਿਹਾ ਨਾ ਮੈਂ ਵੀ ਸਲ ਬਲੋ ਰਾਂ ਮੈਂ ਸਾਹਮਣੇ ਲੱਗਿਆ ਆ ਰਿਹਾ ਹੁਣ ਮਾਨ ਸਾਹਿਬ ਕਿੱਥੋਂ ਤੱਕ ਇਹਨੂੰ ਸੱਚ ਸਾਬਿਤ ਕਰਨ ਦੀ ਕੋਸ਼ਿਸ਼ ਕਰਨਗੇ ਇਨਵੈਸਟੀਗੇਸ਼ਨ ਖੁਦ ਕਰਨ ਵੱਡੇ ਅਫਸਰਾਂ ਨੂੰ ਲਵਾਨ ਦੇਖਣ ਕਿ ਭਈ ਕੀ ਗਲਤ ਹੋ ਰਿਹਾ ਕੀ ਸਾਫ ਹੋ ਰਿਹਾ ਇਹ ਉਲਟਾ ਨਾ ਹੋ ਜਾਏ ਕਿ ਮਾਨ ਸਾਹਿਬ ਮੰਤਰੀ ਦੇ ਉੱਪਰ ਕਾਰਵਾਈ ਕਰਨ ਦੇ ਬਜਾਏ ਤੁਹਾਡੇ ਉੱਪਰ ਕਾਰਵਾਈ ਦੇਖੋ ਜੀ ਮੇਰੀ ਗੱਲ ਸੁਣੋ ਫાંਸੀ ਤੇ ਮਿਲਨ ਤੋਂ ਰਹੀ ਮੈਂ ਜਨ ਤੱਕ ਆ ਮੈਂ ਵਿਸਲ ਬਲੋ ਰਹਾ ਮੈਂ ਆਵਾ ਚੁੱਕੀ ਹੈ ਠੀਕ ਹੈ ਜੀ ਤੁਸੀਂ ਇਹ ਗੱਲ ਦਾ ਜਵਾਬ ਦੇਖੋਗੇ ਜੇ ਮੈਂ ਕਦੀ ਗਲਤ ਕੰਮ ਨਹੀਂ ਕੀਤਾ ਮੈਂ ਪਹਿਲਾਂ ਵੀ ਆਵਾਜ਼ ਚੁੱਕੀ ਆ ਲੋਕਾਂ ਦੀਆਂ ਸੀਬੀਏ ਨੇ ਪਰਚੇ ਦਰਜ ਕੀਤੇ ਨੇ ਚਲੋ ਮਾਨ ਸਾਹਿਬ ਜੇ ਮੇਰੀ ਆਵਾਜ਼ ਨੂੰ ਸਮਝਦੇ ਹੋਣਗੇ ਤੇ ਸਮਝਣ ਜੇ ਨਹੀਂ ਹੈ ਤੇ ਮੈਂ ਅੱਜ ਵੀ ਆਪ ਜੀ ਦੇ ਚੈਨਲ ਰਾਹੀਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੀਬੀਏ ਆਵੇ ਜਲਦੋਂ ਜਲਦ ਕਿਉਂਕਿ ਇਹ ਮਸਲਾ ਸੈਂਟਰ ਦਾ ਦੇਸ਼ ਦੀ ਆਰਮੀ ਦਾ ਮਸਲਾ ਦੇਸ਼ ਦੀ ਆਰਮੀ ਨਾਲ ਤੱਕਾ ਹੋਇਆ ਦੇਸ਼ ਦੀ ਆਰਮੀ ਦੇ ਫੰਡ ਜਿਹੜੇ ਨੇ ਮਿਸਯੂਜ਼ ਹੋ ਰਹੇ ਨੇ ਅੱਜ ਇਹ ਲੋਕੀ ਡਾਕਟਰ ਨਹੀਂਗੇ ਇਹ ਬਿਜ਼ਨਸਮੈਨ ਨੇ ਦੇ ਗਾਟ ਐ ਐਮਪਲ ਆਫ ਐਮਪਾਇਰ ਆਹ ਤੇ 3 ਨਾਲ ਕੋਲ ਪ੍ਰੋਪਰਟੀ ਐ ਪ੍ਰੋਪਰਟੀਆਂ ਨੇ ਐਮਪਾਇਰ ਐਮਪਾਇਰ ਨੇ ਕੋਲ ਤੁਸੀਂ ਵੇਖੋ ਉਹ ਕਿੱਥੋਂ ਹਣ ਗਿਆ ਜੀ ਸਾਫਤ ਅਸੀਂ ਆਮ ਜਨਤਾ ਕਿੱਥੇ ਜਾਏਗੀ ਤੁਸੀਂ ਇੱਕ ਚੀਜ਼ ਵੇਖੋ ਮੈਂ ਛੋਟਾ ਐਗਜ਼ਾਮਪਲ ਲੈਣ ਲੱਗਾ ਇੱਕ ਜਦੋਂ ਇੱਕ ਡਾਕਟਰ ਰਿਪਰੈਜ਼ੈਂਟ ਕਰਦਾ ਜੀ ਕਿ ਵੀ ਐ ਐਮ ਆਰ ਆਈ ਕਰਾ ਲਓ ਜੀ ਉਹ ਐਮ ਆਰ ਆਈ ਬਾਜ਼ਾਰ ਚ 8500 ਰੁਪਏ ਦੀ ਹੋ ਜੇ ਕਈ ਸਮਾਜ ਸੇਵਕ ਸਾਡੇ ਵਰਗੇ ਜਦੋਂ ਅਸੀਂ ਕਿਸੇ ਨੂੰ ਫੋਨ ਕਰ ਦਿੰਨੇ ਆ ਕਿ ਯਾਰ ਇਹ ਗਰੀਬ ਬੰਦਾ ਦਾ ਕੁਝ ਕਰੋ ਤੋ 4500 ਚ ਹੁੰਦੀ ਹੈ ਜਿਹੜਾ ਗੈਪ ਹੈਗਾ ਕਿੱਥੇ ਜਾਂਦਾ ਤੁਸੀਂ ਆਪ ਸੋਚੋ ਜਿਹੜੀ ਇਹ ਜਿਹੜੀਆਂ ਲਿਖ ਕੇ ਦਿੰਦੇ ਨੇ ਫਿਰ ਉਹ ਗੱਲ ਜੇ ਮੈਂ ਬਲੇਮ ਕਰਾਂ ਤੇ ਬਲੇਮ ਗੇਮ ਤਾਂ ਬੜੀ ਦੂਰ ਤੱਕ ਜਾਂਦੀ ਹੈ ਜੀ ਅੱਜ ਮਾਨ ਸਾਹਿਬ ਕਹਿੰਦੇ ਨੇ ਜੀ ਕਿ ਮੈਂ ਇੱਥੇ ਆਮ ਆਦਮੀ ਕਲੀਨਿਕ ਖੋਲੇ ਨੇ ਅੰਮ੍ਰਿਤਸਰ ਦੇ ਵਿੱਚ 22 ਤੋਂ ਵੱਧ ਕਲੀਨਿਕ ਖੋਲੇ ਨੇ ਠੀਕ ਹੈ ਜੀ ਉਹਨਾਂ ਦੇ ਵਿੱਚ ਜੇ ਕੋਈ ਸਪੈਸੀਫਿਕ ਕੋਈ ਲਿਖ ਕੇ ਦਿੰਦੇ ਨੇ ਕਿ ਵੀ ਅਲਟਰਾਸਾਉਂਡ ਕਰਾਣੀ ਆ ਕੁਝ ਕਰਨੀ ਆ ਉਹ ਕਿੱਥੇ ਜਾਂਦੀ ਹੈ ਉਹ ਨਿਜਰ ਸਕੈਨ ਤੇ ਜਾਂਦੀ ਹੈ ਨਿਜਰ ਸਾਹਿਬ ਦੇ ਸਕੈਨ ਸੈਂਟਰ ਤੇ ਤੁਸੀਂ ਵੇਖੋ ਕਿ ਸਾਡੇ ਕੋਲ ਉਹ ਸਹੂਲਤਾਂ ਕਿਉਂ ਨਹੀਂ ਆ ਤੁਸੀਂ ਇੱਕ ਚੀਜ਼ ਨੂੰ ਵੇਖੋ ਸਾਡੇ ਆਮ ਹਸਪਤਾਲਾਂ 'ਚ ਉਸੁਲਤਾ ਕਿਉਂ ਨਹੀਂ ਗਈਆਂ ਕਿ ਜਿੱਥੇ ਆਮ ਬੰਦੇ ਦੀ ਅਪਰੋਚ ਹੋਵੇ ਆਮ ਆਦਮੀ ਜਿਹੜਾ ਉਹ ਜ਼ੀਰੋ ਹੀ ਹੈ ਉਹ ੱਤਕੇ ਖਾਂਡਿਆ ਤੁਸੀਂ ਵੇਖੋਗੇ ਇੱਥੋਂ ਤੱਕ ਇਹ ਸਿਸਟਮ ਬਣ ਗਿਆ ਹੋਇਆ ਕਿ ਜਿਹੜੀ 108 ਦੀ ਐਮਬੂਲੈਂਸ ਹੈਗੀ ਹੈ ਉਹ ਜੇ ਉਹਨੂੰ ਐਮਰਜੈਂਸੀ ਲੋਡ ਪਏ ਉਹ ਬੰਦਾ ਉਸ ਬੰਦੇ ਨੂੰ ਜਿਹਨੂੰ 6 ਵਜੇ ਆ ਉਹ ਹਸਪਤਾਲ ਐਮਰਜੈਂਸੀ ਨਹੀਂ ਲੱਗ ਜਾਏਗਾ ਉਹ ਪ੍ਰਾਈਵੇਟ ਹਸਪੀਟਲ 'ਤੇ ਸੁਟੇਗਾ ਕਿਉਂ ਕਿਉਂਕਿ ਉੱਥੇ ਉਹਨੂੰ ਕੋ ਸਿਸਟਮ ਸੈਟਲ ਹੋਣਾਗਾ ਜੀ ਸਾਹਿਬ ਦੇ ਖਿਲਾਫ ਫਿਰ ਅਗਲੀ ਕਾਰਵਾਈ ਕਰਵਾਉਣ ਵਾਸਤੇ ਜੇ ਮਾਨ ਸਰਕਾਰ ਕੋਈ ਕਾਰਵਾਈ ਅਮਲ ਦੇ ਵਿੱਚ ਨਹੀਂ ਲੈ ਕੇ ਆਉਂਦੀ ਫਿਰ ਤੁਸੀਂ ਕੀ ਰਣਨੀਤੀ ਉਲੀਕੀ ਹੈ ਕਿ ਇਸ ਤਰੀਕੇ ਨਾਲ ਨਾਲ ਜਿਹੜਾ ਕਾਨੂੰਨੀ ਰਸਤਾ ਉਖਤਿਆਰ ਕੀਤਾ ਜਾਊਗਾ ਬਿਲਕੁਲ ਸਰ ਮੈਂ ਵੇਟ ਕਰਾਂਗਾ ਜੀ ਮਾਨ ਸਾਹਿਬ ਗੁਜਰਾਤ ਗਏ ਨੇ ਇਲੈਕਸ਼ਨਾਂ ਵਾਸਤੇ ਗੁਜਰਾਤ ਦੀ ਫਤਿਹ ਹਸਲ ਕਰਨ ਵਾਸਤੇ ਗਏ ਨੇ ਚਲੋ ਮੈਂ ਉਮੀਦ ਕਰਦਾ ਹਰ ਇੱਕ ਨੂੰ ਉਮੀਦ ਹੁੰਦੀ ਹੈ ਤੇ ਮੈਂ ਇਹ ਉਮੀਦ ਕਰਾਂਗਾ ਕਿ ਉਹ ਆਜਣ ਜੇ ਪੰਜ-ਛੇ ਦਿਨਾਂ ਦੇ ਵਿੱਚ ਆ ਕੇ ਪੰਜ-ਛੇ ਦਿਨਾਂ ਚ ਉਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਤੇ ਆਈ ਵਿਲ ਡੈਫੀਨਿਟਲੀ ਮੂਵ ਟੂ ਹਾਈ ਕੋਰਟ ਸਰ ਮੈਂ ਜ਼ਰੂਰ ਜਾਊਂਗਾ ਜੀ ਤੇ ਮੈਨੂੰ ਉਮੀਦ ਬੜੀ ਹੈ ਜੀ ਹਾਈ ਕੋਰਟ ਜਾ ਕੇ ਸਾਡੀ ਸੁਣਵਾਈ ਹੋਏਗੀ ਤੇ ਮੈਂ ਇਹ ਹੋਰ ਬੇਨਤੀ ਕਰਾਂਗਾ ਹਾਈ ਕੋਰਟ ਦੇ ਵਿੱਚ ਜਾ ਕੇ ਮੈਂ ਫੇਰ ਬੇਨਤੀ ਕਰੂੰਗਾ ਕਿ ਸੀਬੀਆਈ ਜਲਦ ਤੋਂ ਜਲਦ ਇਸ ਮੈਟਰ ਨੂੰ ਟੇਕ ਅਪ ਕਰੇ ਆ ਬਬਲੂ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕੈਬਨਟ ਮੰਤਰੀ ਇੰਦਰਵੀਰ ਸਿੰਘ ਨਿੱਜਰ ਦੇ ਖਿਲਾਫ ਆਵਾਜ਼ ਚੁੱਕੀ ਹੈ ਕਿ ਉਹਨਾਂ ਦੇ ਉੱਪਰ ਬਹੁਤ ਵੱਡੇ ਦੋਸ਼ ਨੇ ਔਰ ਉਹਨਾਂ ਨੇ ਜਿਹੜੇ ਘੁਟਾਲੇ ਕੀਤੇ ਨੇ ਉਹਨਾਂ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰਾਂ ਦੇ ਵੱਡੇ ਵੱਡੇ ਲੀਡਰਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਰੀਕੇ ਦੇ ਨਾਲ ਆਪਣੇ ਕੈਬਨਟ ਮੰਤਰੀ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਸਮਾਜ ਸੇਵੀ ਲੋਕ ਆਵਾਜ਼ ਚੁੱਕਦੇ ਨਜ਼ਰ ਆਉਂਦੇ ਨੇ ਉਨ੍ਹਾਂ ਨੂੰ ਕਿਸ ਤਰੀਕੇ ਦਾ ਸਰਕਾਰ ਦੇ ਵੱਲੋਂ ਰਿਸਪਾਂਸ ਮਿਲਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਤਮਾਮ ਮਸਲੇ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ